ਗੁਰਾਇਆ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਨੈਸ਼ਨਲ ਹਾਈਵੇ ਉੱਤੇ ਇੱਕ ਮਰਸਡੀਜ਼ ਕਾਰ ਨੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਦਰੜ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਨੂੰ ਅੱਗ ਲੱਗ ਜਾਂਦੀ ਹੈ ਅਤੇ ਦੋਵੇਂ ਵਿਅਕਤੀਆਂ ਦੀ ਮੌਕੇ ਉੱਤੇ ਮੌਤ ਹੋ ਜਾਂਦੀ ਹੈ। ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਤਾਂ ਲੱਤ ਵੀ ਟੁੱਟ ਕੇ ਅਲੱਗ ਹੋ ਜਾਂਦੀ ਹੈ। ਤਾਂ ਵੱਡਾ ਹਾਦਸਾ ਜਿਹੜਾ ਉਹ ਗੁਰਾਇਆ ਦੇ ਵਿੱਚ ਵਾਪਰਿਆ ਹੈ। ਜਾਣਕਾਰੀ ਮੁਤਾਬਕ ਦੋ ਮੋਟਰਸਾਈਕਲਾਂ ਉੱਤੇ ਚਾਰ ਵਿਅਕਤੀ ਪੈਲਸ ਵਿੱਚੋਂ ਕੰਮ ਕਰਕੇ ਆਪਣੇ ਪਿੰਡ ਵਾਪਸ ਜਾ ਰਹੇ ਸੀ ਅਤੇ ਰਾਹ ਦੇ ਵਿੱਚ ਇੱਕ ਤੇਜ਼ ਰਫਤਾਰ ਮਰਸਡੀਜ਼ ਕਾਰ ਆਉਂਦੀ ਹੈ ਅਤੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੰਦੀ ਹੈ। ਹਾਦਸਾ ਇੰਨਾ ਜ਼ਿਆਦਾ ਭਿਆਨਕ ਹੁੰਦਾ ਹੈ ਕਿ ਮੌਕੇ ਉੱਤੇ ਹੀ ਦੋ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ। ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਮ੍ਰਿਤਕਾਂ ਦੇ ਜਾਣਕਾਰ ਅਤੇ ਪੁਲਿਸ ਅਧਿਕਾਰੀਆਂ ਦਾ, ਆਓ ਦੇਖਦੇ ਹਾਂ। ਹਾਂਜੀ ਸਰ, ਅੱਜ ਐਕਸੀਡੈਂਟ ਹੋਇਆ ਇੱਕ ਆਪਣੇ ਪੁਲ ਦੇ ਉੱਪਰ ਥਾਣੇ ਦੇ ਸਾਹਮਣੇ, ਅਤੇ ਦੋ ਆਪਣੇ ਬਾਈਕ ਸਵਾਰ ਜਿਹੜੇ ਆ ਉਹਨਾਂ ਦਾ ਕਾਰ ਦੇ ਨਾਲ ਐਕਸੀਡੈਂਟ ਹੋਇਆ ਅਤੇ ਉਹਨਾਂ ਦੀਆਂ ਮੌਕੇ 'ਤੇ ਮੌਤ ਹੋ ਗਈ। ਬਾਕੀ ਜਿਹੜੀ ਅਸੀਂ ਸਾਰੇ ਕਬਜ਼ੇ 'ਚ ਲੈ ਲਈਏ ਗੱਡੀ, ਅਤੇ ਬੰਦਾ ਵੀ ਕਬਜ਼ੇ 'ਚ ਲੈ ਲਿਆ ਅਤੇ ਅਗਲੀ ਤੇ 30,000 ਮੌਤ ਸਰ ਦੋਨਾਂ ਦੀ ਹੋ ਗਈ। ਹਾਂ, ਮੌਕੇ 'ਤੇ ਪਛਾਣ ਹੋਏ ਕਿੱਥੇ ਦੇ? ਇਹ ਹਾਲੇ ਪੂਰਾ ਨਹੀਂ, ਅਸੀਂ ਪੂਰਾ ਆਈਡੈਂਟੀਫਾਈਡ ਨਹੀਂ ਹੋਇਆ, ਅਸੀਂ ਕਰ ਰਹੇ ਹਾਂ ਜੀ, ਚੈੱਕ ਕਰ ਰਹੇ ਹਾਂ। ਕਾਹਦੇ 'ਤੇ ਸੀ ਇਹ? ਬਾਈਕ 'ਤੇ ਸੀਗੇ। ਬਾਈਕ 'ਤੇ ਵੀ ਕਹਿੰਦੇ ਅੱਗ ਲੱਗ ਗਈ ਬਾਈਕ ਨੂੰ? ਹਾਂ, ਉਹ ਨਾਲ ਫਿਰ ਜਿੱਦਾਂ ਰਿੰਗਣ ਨਾ ਨਾ ਟੈਂਕੀ ਨੂੰ, ਟੈਂਕੀ ਨਾਲ ਕਸਰਾ ਕੇ ਸਰਨ ਦੇ ਨਾਲ ਨਾ ਪੈਟਰੋਲ ਕਰਕੇ ਪੈ ਗਏ ਨਾਲ। ਹਾਂਜੀ ਭਾਅ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਵਿੱਕੀ ਆ ਜੀ। ਅਸੀਂ ਜਾਂਦੇ ਸੀ ਕੰਮ ਤੋਂ ਤਾਂ ਗੱਡੀ ਵਾਲਾ ਸੈਲ ਮਾਰ ਗਿਆ। ਇਹ ਪਿੱਛੇ ਸੀਗੇ ਦੋ ਜਣੇ, ਅਸੀਂ ਮੂਹਰੇ ਸੀਗੇ। ਗੱਡੀ ਬੜੀ ਤੇਜ਼ ਸੀਗੀ, ਉਹ ਗੱਡੀ ਵਾਲਾ ਦੋਨਾਂ ਨੂੰ ਸਾਈਡ ਮਾਰ ਗਿਆ। ਇਹ ਹੁਣ ਮਤਲਬ ਮੌਕੇ ਦੋਨੇ ਪੁਲਿਸ ਦਾ ਲੈ ਗਿਆ, ਡਰਾਈਵਰ ਦਾ ਫੜ ਲਿਆ ਜੀ। ਡਰਾਈਵਰ ਫੜ ਲਿਆ ਜੀ? ਹਾਂਜੀ ਹਾਂਜੀ, ਗੱਡੀ ਫੜ ਲਈ ਸੀ ਮੂਹਰੇ ਜਾ ਕੇ। ਹਾਂਜੀ ਹਾਂਜੀ, ਦਾਰੂ ਪੀਤੀ ਹੋਣੀ ਹੈ ਜੀ। ਹਾਂਜੀ ਹਾਂਜੀ, ਗੱਡੀ ਵਾਲੇ ਦਾਰੂ ਪੀਤੀ ਹੋਈ। ਆਸ਼ਾ ਹੋਰ ਜੀ? ਹਾਂਜੀ, ਇੱਕ ਤਾਂ ਪਾਲੋਂ ਦੱਸ ਜੀ। ਇਹ ਅਸੀਂ ਪੈਲਸ 'ਚੋਂ ਨਿਕਲੇ ਸੀਗੇ 7:30 ਵਜੇ। ਹਾਂਜੀ, ਇਹ ਹੋਇਆ 7:45 ਵਜੇ ਸ਼ਾਮ ਦੇ ਟਾਈਮ, 7:45 ਵਜੇ। ਹਾਂਜੀ ਹਾਂਜੀ, 3-4 ਘੰਟੇ ਹੋ ਗਏ ਆ। ਬੋਡੀ ਲੈ ਗਏ ਆ? ਹਾਂਜੀ, ਬੋਡੀ ਲੈ ਗਏ ਜੀ ਗੱਡੀ। ਗੁਰਾਇਆ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਨੈਸ਼ਨਲ ਹਾਈਵੇ ਉੱਤੇ ਇੱਕ ਮਰਸਡੀਜ਼ ਕਾਰ ਨੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਦਰੜ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਨੂੰ ਅੱਗ ਲੱਗ ਜਾਂਦੀ ਹੈ ਅਤੇ ਦੋਵੇਂ ਵਿਅਕਤੀਆਂ ਦੀ ਮੌਕੇ ਉੱਤੇ ਮੌਤ ਹੋ ਜਾਂਦੀ ਹੈ। ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਤਾਂ ਲੱਤ ਵੀ ਟੁੱਟ ਕੇ ਅਲੱਗ ਹੋ ਜਾਂਦੀ ਹੈ। ਤਾਂ ਵੱਡਾ ਹਾਦਸਾ ਜਿਹੜਾ ਉਹ ਗੁਰਾਇਆ ਦੇ ਵਿੱਚ ਵਾਪਰਿਆ ਹੈ। ਜਾਣਕਾਰੀ ਮੁਤਾਬਕ ਦੋ ਮੋਟਰਸਾਈਕਲਾਂ ਉੱਤੇ ਚਾਰ ਵਿਅਕਤੀ ਪੈਲਸ ਵਿੱਚੋਂ ਕੰਮ ਕਰਕੇ ਆਪਣੇ ਪਿੰਡ ਵਾਪਸ ਜਾ ਰਹੇ ਸੀ ਅਤੇ ਰਾਹ ਦੇ ਵਿੱਚ ਇੱਕ ਤੇਜ਼ ਰਫਤਾਰ ਮਰਸਡੀਜ਼ ਕਾਰ ਆਉਂਦੀ ਹੈ ਅਤੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੰਦੀ ਹੈ। ਹਾਦਸਾ ਇੰਨਾ ਜ਼ਿਆਦਾ ਭਿਆਨਕ ਹੁੰਦਾ ਹੈ ਕਿ ਮੌਕੇ ਉੱਤੇ ਹੀ ਦੋ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ। ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਮ੍ਰਿਤਕਾਂ ਦੇ ਜਾਣਕਾਰ ਅਤੇ ਪੁਲਿਸ ਅਧਿਕਾਰੀਆਂ ਦਾ, ਆਓ ਦੇਖਦੇ ਹਾਂ। ਹਾਂਜੀ ਸਰ,
ਅੱਜ ਐਕਸੀਡੈਂਟ ਹੋਇਆ ਇੱਕ ਆਪਣੇ ਪੁਲ ਦੇ ਉੱਪਰ ਥਾਣੇ ਦੇ ਸਾਹਮਣੇ, ਅਤੇ ਦੋ ਆਪਣੇ ਬਾਈਕ ਸਵਾਰ ਜਿਹੜੇ ਆ ਉਹਨਾਂ ਦਾ ਕਾਰ ਦੇ ਨਾਲ ਐਕਸੀਡੈਂਟ ਹੋਇਆ ਅਤੇ ਉਹਨਾਂ ਦੀਆਂ ਮੌਕੇ 'ਤੇ ਮੌਤ ਹੋ ਗਈ। ਬਾਕੀ ਜਿਹੜੀ ਅਸੀਂ ਸਾਰੇ ਕਬਜ਼ੇ 'ਚ ਲੈ ਲਈ ਹੈ ਗੱਡੀ, ਅਤੇ ਬੰਦਾ ਵੀ ਕਬਜ਼ੇ 'ਚ ਲੈ ਲਿਆ ਅਤੇ ਅਗਲੀ 'ਤੇ 30,000 ਹਾਂ ਮੌਕੇ 'ਤੇ ਇਹ ਹਲੇ ਪੂਰਾ ਨਹੀਂ, ਅਸੀਂ ਪੂਰਾ ਆਈਡੈਂਟੀਫਾਈਡ ਨਹੀਂ ਹੋਇਆ, ਅਸੀਂ ਕਰ ਰਹੇ ਹਾਂ ਜੀ, ਚੈੱਕ ਕਰ ਰਹੇ ਹਾਂ। ਇਹ ਬਾਈਕ 'ਤੇ ਸੀਗੇ, ਬਾਈਕ 'ਤੇ ਵੀ ਕਹਿੰਦੇ ਅੱਗ ਲੱਗ ਗਈ ਬਾਈਕ ਨੂੰ। ਹਾਂ ਉਹ ਨਾਲ ਪਏ ਜਿੱਦਾਂ ਰਿੰਗਣ ਨਾਲ ਨਾ ਟੈਂਕੀ ਨੂੰ, ਟੈਂਕੀ ਨਾਲ ਘਸਰਾ ਕੇ ਸਰਨ ਦੇ ਨਾਲ ਨਾ ਪੈਟਰੋਲ ਕਰਕੇ ਪੈ ਗਏ ਨਾਲ। ਹਾਂਜੀ ਭਾਅ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਵਿੱਕੀ ਆ ਜੀ। ਅਸੀਂ ਜਾਂਦੇ ਸੀ ਕੰਮ ਤੋਂ ਤਾਂ ਗੱਡੀ ਵਾਲਾ ਸੈਲ ਮਾਰ ਗਿਆ, ਇਹ ਪਿੱਛੇ ਸੀਗੇ ਦੋ ਜਣੇ, ਅਸੀਂ ਮੂਹਰੇ ਸੀਗੇ, ਗੱਡੀ ਬੜੀ ਤੇਜ਼ ਸੀਗੀ, ਉਹ ਗੱਡੀ ਵਾਲਾ ਦੋਨਾਂ ਨੂੰ ਸੈਲ ਮਾਰ ਗਿਆ, ਇਹ ਹੁਣ ਮਤਲਬ ਮੌ ਗਏ ਦੋਨੇ, ਘੜੀਸ ਦਾ ਲੈ ਗਿਆ, ਡਰਾਈਵਰ ਦਾ ਫੜ ਲਿਆ ਜੀ, ਡਰਾਈਵਰ ਫੜ ਲਿਆ ਜੀ। ਹਾਂਜੀ ਹਾਂਜੀ, ਗੱਡੀ ਫੜ ਲਈ ਸੀ ਮੂਹਰੇ ਜਾ ਕੇ। ਹਾਂਜੀ ਹਾਂਜੀ, ਦਾਰੂ ਪੀਤੀ ਹੋਣੀ ਹੈ ਜੀ। ਹਾਂਜੀ ਹਾਂਜੀ, ਗੱਡੀ ਵਾਲੇ ਦਾਰੂ ਪੀਤੀ ਹੋਈ ਸੀ। ਅੱਛਾ ਹੋਰ ਜੀ, ਹਾਂਜੀ ਇੱਕ ਤਾਂ ਪਾਲੋਂ ਦੱਸ ਜੀ। ਇਹ ਅਸੀਂ ਪੈਲਸ 'ਚੋਂ ਨਿਕਲੇ ਸੀਗੇ 7:30 ਵਜੇ। ਹਾਂਜੀ, ਇਹ ਹੋਇਆ 7:45 ਵਜੇ, ਸ਼ਾਮ ਦੇ ਟਾਈਮ 7:45 ਵਜੇ। ਹਾਂਜੀ ਹਾਂਜੀ, 3-4 ਘੰਟੇ ਹੋ ਗਏ ਆ। ਪੌੜੀ ਲੈ ਗਏ ਆ? ਹਾਂਜੀ ਪੌੜੀ ਲੈ ਗਏ ਜੀ ਗੱਡੀ।